ਵਾਲੇਕਮ ਜੀ, ਅਸੀਂ ਅੱਜ ਦੇ ਰਾਤ ਦੇਖੋ ਛੋਟੀ ਮੱਖੀ ਦਾ ਸ਼ਹਿਦ ਹੈਗਾ। ਇਹ ਲਾਉਣ ਦਾ ਤਰੀਕਾ ਤੁਹਾਨੂੰ ਦੱਸਣੇ ਆ, ਇਹ ਕਿਸ ਤਰੀਕੇ ਨਾਲ ਲੱਥਦਾ ਇਹ ਜ਼ਰਾ ਦੇਖਿਓ। ਹੁਣ ਮੇਰੇ ਵੱਲ ਕਰ, ਇਹ ਸਿਗਰਟ ਨਾਲ ਧੂੰਏ ਨਾਲ ਮੱਖੀ ਜਿਹੜੀ ਹੈ ਨਾ, ਇਹ ਡਰ ਜਾਂਦੀ ਹੈ ਹਮੇਸ਼ਾ। ਲੋਕ ਕਈ ਕਹਿੰਦੇ ਨੇ ਕੋਈ ਦਮ ਪੜਦਾ ਕੋਈ, ਇਹ ਸਭ ਦੇ ਫਰਾਡ ਹੈਗੇ ਨੇ। ਸਿਰਫ ਸਿਗਰਟ ਲਾਓ, ਧੂੰਆਂ ਲਾਓ ਛੋਟੀ ਮੱਖੀ ਵਾਸਤੇ। ਵੱਡੀ ਮੱਖੀ ਵਾਸਤੇ ਤੁਸੀਂ ਜੇਕਰ ਲਾਉਣਾ ਨਾ, ਤਾਂ ਉਹਦੇ ਵਾਸਤੇ ਇੱਕ ਤੁਹਾਨੂੰ ਧੂਣੀ ਬਣਾਉਣੀ ਪੈਣੀ ਹੈ। ਅਤੇ ਇਹ ਦੇਖੋ ਜੀ, ਮੈਂ ਮੂੰਹ 'ਤੇ ਕੱਪੜਾ ਵੀ ਨਹੀਂ ਲਾਇਆ ਹੈਗਾ, ਅਤੇ ਪਹਿਲੇ ਮੈਂ ਸਿਗਰਟ ਲੱਗਾ ਲਾਉਣ। ਦੇਖੋ ਅਤੇ ਵੇਖਣਾ ਕਿ ਉਹਦੇ 'ਚ ਸ਼ਹਿਦ ਹੈਗਾ ਕਿ ਨਹੀਂ। ਅਜੇ ਵੀ ਮੈਂ ਮਾਜਸ ਪਾ ਲਈਏ, ਆ ਜਾ ਸਾਨੂੰ ਅੱਗੇ ਅੱਗੇ ਆ ਜਾ ਥੋੜ੍ਹਾ ਜਿਹਾ। ਇਹ ਆ ਵੇਖੋ, ਤੁਸੀਂ ਹੁਣ ਵੇਖ ਸਕਦੇ ਹੋ, ਪਹਿਲੇ ਧੂੰਏ ਨਾਲ ਮੱਖੀਆਂ ਨੂੰ ਮਦਹੋਸ਼ ਕਰ ਲੈਣਾ। ਕਾਕਾ ਜੀ ਆਹ ਫੜੋ, ਹੁਣ ਦਾਤਰੀ ਫੜਾਓ ਆ ਕੇ। ਇਹ ਧੂੰਏ ਨਾਲ ਹੁਣ ਮੱਖੀਆਂ ਨੂੰ ਇੱਕ ਹਿਸਾਬ ਦਾ ਬੇਹੋਸ਼ ਕਰ ਲਿਆ ਸੀ। ਇਹ ਫੜੋ ਬੱਚਾ ਜੀ, ਹੁਣ ਤੁਸੀਂ ਚਲੋ ਜਾਓ। ਦੇਖੋ ਜੀ, ਇਹ ਸ਼ਹਿਦ ਲਾਇਆ ਸੀ ਛੋਟੀ ਮੱਖੀ ਦਾ ਸ਼ਹਿਦ ਹੈ, ਸਿਹਤ ਵਾਸਤੇ ਬਹੁਤ ਅੱਛਾ ਹੁੰਦਾ ਜੇ। ਇਹ ਸਿਰ 'ਤੇ ਕੱਪੜਾ ਵੀ ਨਹੀਂ ਲਪੇਟਿਆ ਸੀ, ਕੱਪੜੇ ਤੋਂ ਬਗੈਰ ਹੀ ਲਾ ਲਿਆ। ਲੋਕ ਕੋਈ ਕਹਿੰਦੇ ਨੇ ਕਿ ਫਲਾਣੀ ਚੀਜ਼ ਪੜ੍ਹਨੀ ਹੈ, ਫਲਾਣੀ ਚੀਜ਼ ਪੜ੍ਹਨੀ ਹੈ, ਤੁਹਾਨੂੰ ਦਿਖਾਉਂਦੇ ਹਾਂ ਸ਼ਹਿਦ। ਸ਼ਹਿਦ ਕਿੰਨਾ ਕੁ ਹੈਗਾ ਇਹ ਮੱਖੀ ਨੂੰ ਧੂੰਆਂ ਜਦੋਂ ਲੱਗ ਜਾਂਦਾ ਤਾਂ ਮੱਖੀ ਫਿਰ ਤੁਹਾਡੇ ਨਜ਼ਦੀਕ ਨਹੀਂ ਆਉਂਦੀ ਹੈਗੀ। ਮੱਖੀ ਹੈ ਜੀ, ਫੜੋ ਜੀ, ਪਸੀਨਾ ਸਾਫ਼ ਕਰ ਦੀ ਉਹਨੂੰ। ਇਹ ਫੜੋ ਜੀ, ਇਹ ਸ਼ਹਿਦ ਹੈਗਾ, ਇਹ ਸ਼ਹਿਦ ਹੈਗਾ ਸਾਰਾ। ਇਹਦੇ ਬੱਚੇ ਹੁੰਦੇ ਨੇ, ਲੇਕਿਨ ਇਹਨੂੰ ਲਾਉਣ ਵਾਸਤੇ ਅਸੀਂ ਸਾਨੂੰ ਸਾਰਾ ਲਾਉਣਾ ਪੈਂਦਾ। ਇੱਥੋਂ ਲਾਂਦੇ ਤਾਂ ਖਰਾਬ ਹੋ ਜਾਣਾ ਸੀ। ਵੱਡਾ ਸ਼ਹਿਦ ਲਾਉਣ ਦਾ ਹੋਰ ਤਰੀਕਾ ਹੈਗਾ, ਇਹਦਾ ਲਾਉਣ ਦਾ ਹੋਰ ਤਰੀਕਾ ਹੈਗਾ। ਉਹ ਜੀ ਇਹ ਦੇਖੋ, ਇਹ ਅਸੀਂ ਇਹਦਾ ਛੱਤਾ ਜਿਹੜਾ ਨਾ, ਇਹਦਾ ਛੱਤਾ ਹਾਂ ਇਹ ਖਤਮ ਕਰ ਛੱਡਿਆ। ਇਹ ਛੱਤਾ ਇਹਦਾ ਖਤਮ ਕਰ ਛੱਡਿਆ, ਹੁਣ ਮੱਖੀਆਂ ਨੂੰ ਸਾਫ਼ ਕਰਾਂਗੇ, ਫਿਰ ਇਹਨੂੰ ਚੱਕ ਮਾਰ ਮਾਰ ਕੇ ਸਾਰੇ ਖਾਵਾਂਗੇ। ਇਹ ਖਾਂਸੀ ਦਾ ਬਿਹਤਰੀਨ ਇਲਾਜ ਹੈ। ਚਲੋ।